ਸਤਿ ਸ਼੍ਰੀ ਅਕਾਲ ਐਚਐਸਐਨ ਨਿਊਜ਼ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬਲਟਨ ਦੇ ਵਿੱਚ ਨਿੱਘਾ ਸਵਾਗਤ ਮੈਂ ਹਾਂ ਸ਼ੇਤਰ ਠਾਕੁਰ ਆਓ ਕਿ ਚਾਤ ਮਾਰਦੇ ਆਈਆਂ ਖਾਸ ਖਬਰਾਂ ਤੇ ਅਮਰੀਕਾ ਨੇ ਵਰਕ ਪਰਮਿਟ ਸੰਬੰਧੀ ਕੀਤਾ ਵੱਡਾ ਐਲਾਨ ਹਜ਼ਾਰਾਂ ਪ੍ਰਵਾਸੀ ਭਾਰਤੀਆਂ ਨੂੰ ਹੋਵੇਗਾ ਹੁਣ ਫਾਇਦਾ ਸੱਤ ਅੰਕਾ ਦੀ ਲੀਡ ਦੇ ਨਾਲ ਪੀਸੀ ਪਾਰਟੀ ਨੇ Ontario ਦੇ ਵਿੱਚ ਰਸਮੀ ਚੋਣ ਕੈਂਪੇਨ ਦੀ ਕੀਤੀ ਸ਼ੁਰੂਆਤ ਕੈਨੇਡਾ ਦੇ ਵਿੱਚ ਵੋਟ ਕਰਨ ਦੀ ਉਮਰ ਘਟਾਉਣ ਦੇ ਲਈ ਐਨਡੀਪੀ ਦੇ ਵੱਲੋਂ ਬਿੱਲ ਪੇਸ਼ ਕਈ ਗੱਡੀਆਂ ਦੀ ਟੱਕਰ ਦੇ ਵਿੱਚ ਬੱਚਾ ਹੋਇਆ ਜ਼ਖਮੀ ਨੇਪਾਲ ਦੇ ਮਸ਼ਹੂਰ ਪੱਬ ਦੇ ਵਿੱਚ ਨਜ਼ਰ ਆਏ ਕਾਂਗਰਸ ਨੇਤਾ ਰਾਹੁਲ ਗਾਂਧੀ ਅਗਲੇ 50 ਸਾਲਾਂ ਦੇ ਵਿੱਚ ਇਨਸਾਨ ਤੱਕ ਪੁੱਜ ਸਕਦੇ ਹਨ 15000 ਵਾਇਰਸ ਦਿੱਲੀ ਐਨਸੀਆਰ ਦੇ ਵਿੱਚ ਗਰਮੀ ਤੋਂ ਮਿਲੀ ਰਾਹਤ ਅੱਜ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਤਾਪਕਾ ਸੀਐਮ ਚਨੀ ਦੇ ਪਾਂਜੇ ਭੁਪਿੰਦਰ ਹਣੀ ਦੀ ਨਿਆਂਇਕ ਹਿਰਾਸਤ ਹੋਈ ਖਤਮ ਅੱਜ ਫਿਰ ਹੋਵੇਗੀ ਕੋਰਟ ਦੇ ਵਿੱਚ ਪੇਸ਼ੀ ਵੱਡਾ ਹਮਲਾ ਬੋਲਣ ਦੀ ਤਿਆਰੀ ਦੇ ਵਿੱਚ ਸੁਨੀਲ ਜਾਖੜ ਚਿੰਤਨ ਕੈਂਪ ਦੇ ਵਿੱਚ ਵਧਾਉਣਗੇ ਕਾਂਗਰਸੀਆਂ ਚਿੰਤਾਵਾਂ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਕੈਪਟਨ ਦਾ ਬਿਆਨ ਭਾਜਪਾ ਬਾਰੇ ਆਖੀ ਵੱਡੀ ਗੱਲ ਪੰਜਾਬ ਦੇ ਵਿੱਚ ਬਿਜਲੀ ਸੰਕਟ ਥਰਮਲ ਪਲਾਂਟਾਂ ਦੇ ਉੱਤੇ 3 ਘੰਟਾ ਹੋਈਆਂ ਠੱਪ 10000 ਚੰਡੀਗੜ੍ਹ ਤੋਂ 4 ਸਾਲ ਬਾਅਦ ਵੀ ਨਹੀਂ ਸ਼ੁਰੂ ਹੋਈ ਤੇਜਸ ਟ੍ਰੇਨ ਰੇਲਵੇ ਹਰ ਸ਼ੈਡਿਊਲ ਦੇ ਵਿੱਚ ਸ਼ਾਮਲ ਕਰਦਾ ਹੈ ਟਾਈਮ ਟੇਬਲ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਬਾਈਡਨ ਪ੍ਰਸ਼ਾਸਨ ਨੇ ਅਮਰੀਕਾ ਦੇ ਵਿੱਚ ਉਹਨਾਂ ਪ੍ਰਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਜਿਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਵਾਲੀ ਸੀ ਬਾਈਡਨ ਪ੍ਰਸ਼ਾਸਨ ਨੇ ਪ੍ਰਵਾਸੀਆਂ ਦੀਆਂ ਕੁਝ ਸ਼੍ਰੇਣੀਆਂ ਦੇ ਲਈ ਵਰਕ ਪਰਮਿਟ ਦੀ ਸਮਾਂ ਸੀਮਾ ਨੂੰ ਸਵੈਚਾਲਿਤ ਤੌਰ ਤੇ ਵਧਾਉਣ ਦਾ ਐਲਾਨ ਕੀਤਾ ਹੈ ਗ੍ਰੀਨ ਕਾਰਡ ਪ੍ਰਾਪਤ ਕਰਨ ਵਾਲੇ ਅਤੇ H1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਡੇਢ ਸਾਲ ਦੇ ਲਈ ਰੋਜ਼ਗਾਰ ਅਧਿਕਾਰ ਕਾਰਡ ਮਿਲਦਾ ਹੈ ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ ਦੇ ਵੱਲੋਂ ਮੰਗਲਵਾਰ ਨੂੰ ਲਾਨੇ ਗਏ ਇਸ ਕਦਮ ਦੇ ਨਾਲ ਹਜ਼ਾਰਾਂ ਭਾਰਤੀ ਪ੍ਰਵਾਸੀਆਂ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ ਅਮਰੀਕੀ ਗ੍ਰੈਸ ਸੁਰੱਖਿਆ ਆਪ 180 ਦਿਨਾਂ ਦਾ ਵਾਅਦਾ ਮਿਲਦਾ ਹੈ ਜਿਸ ਦੀ ਮਿਆਦ ਪੁੱਗਣ ਦੀ ਮਿਤੀ ਤੇ 540 ਦਿਨਾਂ ਤੱਕ ਵਧਾ ਦਿੱਤੀ ਜਾਵੇਗੀ ਯੂ ਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਨਿਰਦੇਸ਼ਕ ਉਰ ਐਮ ਜਾਂਡੋ ਨੇ ਕਿਹਾ ਹੈ ਕਿ ਯੂ ਐਸ ਸੀ ਆਈ ਐਸ ਪੈਂਡਿੰਗ ਈ ਏ ਡੀ ਕੇਸਾਂ ਦੀ ਗਿਣਤੀ ਨੂੰ ਦੇਖਣ ਦੇ ਲਈ ਕੰਮ ਕਰਦਾ ਹੈ ਇਸ ਲਈ ਏਜੰਸੀ ਨੇ ਇਹ ਨਿਰਧਾਰਿਤ ਕੀਤਾ ਹੈ ਕਿ ਰੋਜ਼ਗਾਰ ਅਧਿਕਾਰ ਇਸ ਸਮੇਂ ਦਿੱਤਾ ਜਾ ਰਿਹਾ ਹੈ 180 ਦਿਨਾਂ ਤੱਕ ਦਾ ਆਟੋਮੈਟਿਕ ਵਿਸਥਾਰਨਾ ਕਾਫੀ ਹੈ ਉਹਨਾਂ ਨੇ ਕਿਹਾ ਕਿ ਇਹ ਸਥਾਈ ਨਿਯਮ ਗੈਰ-ਨਾਗਰਿਕਾਂ ਨੂੰ ਰਾਹਤ ਪ੍ਰਦਾਨ ਕਰੇਗਾ ਜੋ ਕਿਸੇ ਵੀ ਕਾਰਨ ਕਰਕੇ ਆਟੋਮੈਟਿਕ ਐਕਸਟੈਂਸ਼ਨ ਦੇ ਲਈ ਯੋਗ ਨਹੀਂ ਅਤੇ ਇਹ ਉਹਨਾਂ ਨੂੰ ਆਪਣਾ ਰੋਜ਼ਗਾਰ ਬਰਕਰਾਰ ਰੱਖਣ ਅਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰਨ ਦਾ ਮੌਕਾ ਵੀ ਦੇਵੇਗਾ ਜਦੋਂ ਕਿ ਅਮਰੀਕੀ ਰੋਜ਼ਗਾਰਦਾਤਾਵਾਂ ਨੂੰ ਇਸ ਮਾਮਲੇ ਦੇ ਕਾਰਨ ਪੈਦਾ ਹੋਈ ਮੁਸੀਬਤ ਤੋਂ ਛੁਟਕਾਰਾ ਮਿਲੇਗਾ ਯੂਐਸਸੀਆਈਐਸ ਦੇ ਅਨੁਸਾਰ ਬਕਾਇਆ ਈਏਡੀ ਨਵਿਨੀਕਰਨ ਅਰਜ਼ੀਆਂ ਵਾਲੇ ਗੈਰ-ਨਾਗਰਿਕ ਜਿਨ੍ਹਾਂ ਦੀ 180 ਦਿਨਾਂ ਦੀ ਆਟੋਮੈਟਿਕ ਐਕਸਟੈਂਸ਼ਨ ਦੀ ਮਿਆਦ ਖਤਮ ਹੋ ਗਈ ਹੈ ਅਤੇ ਜਿਨ੍ਹਾਂ ਦੀ ਈਏਡੀ ਦੀ ਕਰ ਦਿੱਤਾ ਜਾਵੇਗਾ ਤੇ ईएडी वैधता ਦੀ ਇੱਕ ਵਾਧੂ ਮਿਆ 4 ਮਈ 2022 ਤੋਂ ਸ਼ੁਰੂ ਹੋਵੇਗੀ ਜੋ ਕਿ ਉਹਨਾਂ ਦੀ ईएडी ਦੀ ਮਿਆਦ ਪੁੱਗਣ ਦੀ ਮਿਤੀ ਤੋਂ ਅਤੇ 540 ਦਿਨਾਂ ਤੱਕ ਚੱਲੇਗੀ ਉਹ ਆਪਣਾ ਰੋਜ਼ਗਾਰ ਮੁੜ ਸ਼ੁਰੂ ਕਰ ਸਕਦੇ ਨੇ ਜੇਕਰ ਉਹ ਅਜੇ ਵੀ 540 ਦਿਨਾਂ ਦੀ ਆਟੋਮੈਟਿਕ ਐਕਸਟੈਂਸ਼ਨ ਮਿਆਦ ਦੇ ਅੰਦਰ ਹਨ ਤੇ ਯੋਗ ਨੇ ਹਾਲਾਂਕਿ ਗੈਰ ਨਾਗਰਿਕਾਂ ਨੂੰ ਅਜੇ ਵੀ 1 ਸਵਸਥੀ ਦਿਨਾਂ ਦੀ ਆਟੋਮੈਟਿਕ ਐਕਸਟੈਂਸ਼ਨ ਦੇ ਅਧੀਨ ਬਕਾਇਆ ਨਵ ਵਿਆਉਣ ਦੀ ਅਰਜ਼ੀ ਦੇ ਨਾਲ ਮੌਜੂਦਾ ईएडी ਦੀ ਸਮਾਪਤੀ ਤੋਂ ਬਾਅਦ ਕੁੱਲ 540 ਦਿਨਾਂ ਦੇ ਮਿਲਣ ਵਾਲੇ ਵਿਸਥਾਰ ਦੇ ਵਿੱਚੋਂ 360 ਦਿਨਾਂ ਤੱਕ ਦਾ ਵਾਧੂ ਵਾਅਦਾ ਦਿੱਤਾ ਜਾਵੇਗਾ ਚਾਰਦੇ ਆਗੂ ਅਜੇ ਜੈਨ ਪਟੋਰੀਆ ਨੇ ਦੱਸਿਆ ਕਿ ਇਹ ਤਬਦੀਲੀ ਤੁਰੰਤ ਲਗਭਗ 87000 ਪ੍ਰਵਾਸੀਆਂ ਦੀ ਮਦਦ ਕਰੇਗੀ ਜਿਨ੍ਹਾਂ ਦੇ ਕੰਮ ਦੇ ਅਧਿਕਾਰ ਦੀ ਮਿਆਦ ਖਤਮ ਹੋ ਚੁੱਕੀ ਹੈ ਤੇ ਜਾਂ ਫਿਰ ਅਗਲੇ 30 ਦਿਨਾਂ ਦੇ ਵਿੱਚ ਖਤਮ ਹੋਣ ਵਾਲੀ ਹੈ। ਕੁੱਲ ਮਿਲਾ ਕੇ ਸਰਕਾਰ ਦੀ ਕੋਸ਼ਿਸ਼ ਹੈ ਕਿ ਵਰਕ ਪਰਮਿਟ ਦਾ ਨਵੀਨੀਕਰਨ ਕਰਨ ਵਾਲੇ ਕਰੀਬ 420000 ਪ੍ਰਵਾਸੀਆਂ ਨੂੰ ਕੰਮ ਗਵਾਉਣ ਦੇ ਖਤਰੇ ਤੋਂ ਬਚਾਇਆ ਜਾਵੇ। ਇਹ ਨੀਤੀ ਦੇਸ਼ ਦੀ ਕਾਨੂੰਨੀ ਇਮੀਗ੍ਰੇਸ਼ਨ ਏਜੰਸੀ ਦੇ ਵਿੱਚ 15 ਲੱਖ ਵਰਕ ਪਰਮਿਟ ਅਰਜ਼ੀਆਂ ਦੀ ਬੇਮਿਸਾਲ ਬੈਕਲੌਗ ਨੂੰ ਹੱਲ ਕਰਨ ਦੇ ਲਈ ਹੈ ਜਿਸ ਦੇ ਨਾਲ ਹਜ਼ਾਰਾਂ ਲੋਕ ਕਾਨੂੰਨੀ ਤੌਰ ਤੇ ਕੰਮ ਕਰਨ ਤੋਂ ਅਸਮਰਥ ਹਨ ਤੇ ਮਜ਼ਦੂਰ Hari ini. ਉਦਰ ਬੁਧਵਾਰ ਨੂੰ অন্ਟਾਰੀਓ ਦੀ ਪ੍ਰੋਵਿੰਸ਼ੀਅਲ ਚੋਣਾਂ ਕੰਪੇਂਡ ਦੀ ਰਸਮੀ ਸ਼ੁਰੂਆਤ ਦੇ ਸਮੇਂ ਡੱਗਫੋਰਡ ਨੇ ਉਹਨਾਂ ਦੀ ਪ੍ਰੋਗਰੈਸਿਵ ਕਨਜ਼ਰਵੇਟਿਵ ਪਾਰਟੀ ਸਾਥ ਅੰਕਾ ਦੇ ਨਾਲ ਲੱਗੇ ਸੀ ਇਹ ਖੁਲਾਸਾ ਇੱਕ ਨਵੇਂ ਸਰਵੇਖਣ ਤੋਂ ਹੋਇਆ ਨੈਨੋਜ਼ ਦੇ ਰਿਸਰਚ ਦੇ ਵੱਲੋਂ ਕੀਤੇ ਗਏ ਸਰਵੇਖਣ ਦੇ ਅਨੁਸਾਰ ਇਸ ਸਮੇਂ ਟੋਰਿਜ਼ਨਟ অন্ਟਾਰੀਓ ਦੇ 36.9% ਦੀ ਵੋਟਰਾਂ ਦਾ ਸਮਰਥਨ ਹਾਸਲ ਹੈ ਜਦਕਿ ਸਟੀਫਨ ਡੈਲ ਡੁਕਾ ਦੀ ਅਗਵਾਈ ਵਾਲੀ ਲਿਬਰਲਾਂ ਦੀ ਟੀਮ ਨੂੰ 30.4% ਦੀ ਵੋਟਰਾਂ ਤੋਂ ਸਮਰਥਨ ਮਿਲ ਰਿਹਾ ਹੈ 27.7% ਦੀ ਸਮਰਥਨ ਦੇ ਨਾਲ ਐਂਡਰੀਆ ਹਾਰਵਰ ਦੀ ਐਂਡੀਪ ਚੱਲ ਰਹੀ ਹੈ ਜਦ ਤੱਕ ਇਹ ਫੈਸਲਾ ਨਹੀਂ ਕਰ ਸਕੇ ਕਿ ਉਹਨਾਂ ਨੇ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਹੈ ਜੀਟੀਏ ਦੇ ਵਿੱਚ ਕਨਜ਼ਰਵੇਟਿਵਾਂ ਤੇ ਲਿਬਰਲਾਂ ਦੇ ਵਿਚਾਲੇ ਕਾਂਟੇ ਦੀ ਟੱਕਰ ਚੱਲਦੀ ਮਹਿਸੂਸ ਹੋ ਰਹੀ ਹੈ ਇਥੇ ਟੋਰੀਜ਼ ਨੂੰ ਲਿਬਰਲਾਂ ਤੇ ਸਿਰਫ ਇੱਕ ਅੰਕ ਦੀ ਲੀਡ ਹਾਸਲ ਹੈ ਪਰ 온ਟਾਰੀਓ ਦੇ ਵਿੱਚ ਹੋਰ ਨਾ ਥਾਵਾਂ ਦੇ ਉੱਤੇ ਟੋਰੀਜ਼ ਨੂੰ ਲਿਬਰਲਾਂ ਤੋਂ 11 ਅੰਕਾਂ ਦੀ ਤੇ ਐਨਡੀਪੀ ਤੋਂ 15 ਅੰਕਾਂ ਦੀ ਲੀਡ ਹਾਸਲ ਹੈ ਪ੍ਰੀਮੀਅਰ ਦੇ ਵੱਜੋਂ ਡਗਫੋਰਡ ਨੂੰ 29.9% ਦੀ ਲੋਕਾਂ ਦੇ ਵੱਲੋਂ ਆਪਣਾ ਪਸੰਦੀਦਾ ਆਗੂ ਦੱਸਿਆ ਗਿਆ ਹੈ ਪਰ ਉਹਨਾਂ ਦੀ ਪਾਰਟੀ ਦੇ ਕਾਰਨ ਉਹ ਕਿਤੇ ਪਛੜ ਵੀ ਸਕਦੇ ਨੇ ਦੂਜੇ ਪਾਸੇ ਸਿਰਫ 17% ਦੀ ਵੋਟਰ ਹੀ ਸਟੀਵਨ ਡੈਲ ਟੁਕਾ ਨੂੰ ਆਪਣੇ ਪਸੰਦੀਦਾ ਪ੍ਰੀਮੀਅਰ ਦੇ ਵੱਜੋਂ ਅਪਨਾਉਣ ਦੇ ਲਈ ਰਾਜ਼ੀ ਨੇ ਪਰ ਇਸ ਤੋਂ ਕਿਤੇ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਲਿਬਰਲ ਪਾਰਟੀ ਨੂੰ ਵੋਟ ਕਰਨ ਦੇ ਚਾਹਵਾਨ ਨੇ 22.8% ਦੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰੀਮੀਅਰ ਦੇ ਵੱਜੋਂ ਉਹਨਾਂ ਦੀ ਪਸੰਦੀਦਾ ਆਗੂ ਐਨਡੀਪੀ ਦੀ ਐਂਡਰੀਆ ਹਾਰਵਰਥ ਹੈ ਇਹ ਸਰਵੇਖਣ 28 ਅਪ੍ਰੈਲ ਤੋਂ 2 ਮਈ ਦੇ ਦਰਮਿਆਨ ਕਰਵਾਇਆ ਗਿਆ ਉਦਰ ਐਨਡੀਪੀ ਇਸ ਗੱਲ ਨੂੰ ਲੈ ਕੇ ਆਸਮੰਦ ਹੈ ਕਿ ਕੈਨੇਡਾ ਦੇ ਵਿੱਚ ਵੋਟ ਪਾਉਣ ਦੀ ਉਮਰ ਘਟਾ ਕੇ 16 ਸਾਲ ਕਰਨ ਦੇ ਨਾਲ ਹਾਊਸ ਆਫ ਕਾਮਨਸ ਦੇ ਵਿੱਚ ਵਧੇਰੇ ਸਮਰਥਨ ਹਾਸਲ ਹੋ ਸਕਦਾ ਹੈ ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਹੈ ਕਿ ਇਸ ਤੋਂ ਪਹਿਲਾਂ ਇਸ ਮਾਮਲੇ ਦੇ ਵਿੱਚ ਫੇਲ ਹੋਏ ਬਿੱਲਾਂ ਦੀ ਜਾਣਕਾਰੀ ਉਹਨਾਂ ਨੂੰ ਹੈ ਪਰ ਉਹਨਾਂ ਦਾ ਮੰਨਣਾ ਇਹ ਹੈ ਕਿ ਪ੍ਰਾਈਵੇਟ ਮੈਂਬਰ ਬਿੱਲ ਜਿਸ ਨੂੰ ਐਨਡੀਪੀ ਐਮਪੀ ਟੇਲਰ ਬੈਕ ਰੈਕ ਦੇ ਵੱਲੋਂ ਸਪான்ਸਰ ਕੀਤਾ ਗਿਆ ਸੀ ਵਿਲਖਣ ਨੇ ਮੰਗਲਵਾਰ ਨੂੰ ਜਗਬੀਤ ਸਿੰਘ ਨੇ ਆਖਿਆ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਦੁਨੀਆ ਭਰ ਦੇ ਵਿੱਚ ਇਸ ਸਮੇਂ ਇਹ ਅਹਿਸਾਸ ਪੈਦਾ ਹੋ ਚੁੱਕਿਆ ਹੈ ਕਿ ਜਮਹੂਰੀਅਤ ਖਤਰੇ ਦੇ ਵਿੱਚ ਹੈ ਉਹਨਾਂ ਨੇ ਆਖਿਆ ਕਿ ਫਾਸ਼ੀਵਾਦ ਦੇ ਕੁਝ ਮਾਮਲਿਆਂ ਦੇ ਵਿੱਚ ਵੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ ਉਹਨਾਂ ਨੇ ਇਹ ਵੀ ਆਖਿਆ ਕਿ ਕਿਸੇ ਤਰਜ਼ ਦੇ ਉੱਤੇ ਇਹ ਸਵਾਲ ਖੜਾ ਹੋ ਗਿਆ ਕਿ ਜਮਹੂਰੀਅਤ ਦਾ ਸਮਰਥਨ ਕਿਸ ਤਰ੍ਹਾਂ ਕੀਤਾ ਜਾਵੇ ਤਾਂ ਕਿ ਸਾਡਾ ਜਮਹੂਰੀ ਢਾਂਚਾ ਸਹੀ ਢੰਗ ਦੇ ਨਾਲ ਕੰਮ ਕਰ ਸਕੇ ਐਨਡੀਪੀ ਆਗੂ ਨੇ ਰੂਜ਼ੇਵਲੋ ਯੂਕਰੇਨ ਦੇ ਉੱਤੇ ਕੀਤੇ ਹਮਲੇ ਦੀ ਵੀ ਮਿਸਾਲ ਦਿੱਤੀ ਬੈਕ੍ਰੈਕ ਨੇ 1 ਦਸੰਬਰ 2021 ਦੇ ਵਿੱਚ ਇਸ ਸੰਬੰਧ ਦੇ ਵਿੱਚ ਬਿੱਲ ਸੀ 210 ਲਿਆਂਦਾ ਸੀ 2005 ਦੇ ਵਿੱਚ ਲਿਬਰਲ ਐਮਪੀ ਮਾਰਕ ਹੌਲੈਂਡ ਦੇ ਵੱਲੋਂ ਅਰਹੀ ਪਾਲਿਸੀ ਲਿਆਉਣ ਦੇ ਲਈ ਬਿੱਲ ਪੇਸ਼ ਕੀਤਾ ਗਿਆ ਸੀ ਬੈਕ੍ਰੈਕ ਦੀ ਇਸ ਬਿੱਲ ਦੇ ਉੱਤੇ ਬੁੱਧਵਾਰ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਬਹਿਸ ਹੋਵੇਗੀ ਉਧਰ ਨਾਰਥ ਯਾਕ ਦੇ ਵਿੱਚ ਕਈ ਗੱਡੀਆਂ ਦੀ ਟੱਕਰ ਦੇ ਵਿੱਚ ਇੱਕ ਬੱਚਾ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਕਈ ਗੱਡੀਆਂ ਦੇ ਆਪਸ ਵਿੱਚ ਟਕਰਾ ਜਾਣ ਦੀ ਰਿਪੋਰਟ ਦੇ ਕੇ ਰਾਤੀ 8:30 ਵਜੇ ਦੇ ਨੇੜੇ ਤੇੜੇ ਜਾਂਚ ਕਰਕਰਾਂ ਨੇ ਡੌਨ ਮਿਲਜ਼ ਰੋਡ ਤੇ ਸ਼ੈਪਰਡ ਐਵੇਨਿਊ ਈਸਟ ਇਲਾਕੇ ਦੇ ਵਿੱਚ ਸੱਤਿਆ ਗਿਆ ਇਸ ਬੱਚੇ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ ਬੱਚੇ ਦੀ ਉਮਰ ਤੇ ਲਿੰਗ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਟੋਰਾਂਟੋ ਪੈਰਾਮੈਡਿਕਸ ਨੇ ਦੱਸਿਆ ਕਿ ਕਿਸੇ ਹੋਰ ਵਿਅਕਤੀ ਦੇ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ ਪੁਲਿਸ ਵੱਲੋਂ ਮੋਟਰਿਸਟਸ ਨੂੰ ਇਸ ਇਲਾ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਇੱਥੇ ਟ੍ਰੈਫਿਕ ਦੇ ਵਿੱਚ ਦੇਰ ਹੋਣ ਦੀ ਸੰਭਾਵਨਾ ਹੈ ਉਧਰ ਮਹਿੰਗਾਈ ਤੇ ਕੋਲੇ ਦੇ ਸੰਕਟ ਨੂੰ ਲੈ ਕੇ ਮੋਦੀ ਸਰਕਾਰ ਤੇ ਲਗਾਤਾਰ ਹਮਲਾਵਰ ਰਹਿਣ ਵਾਲੇ ਕਾਂਗਰਸ ਨੇਤਾ ਹੁਣ ਖੁਦ ਭਾਜਪਾ ਤੇ ਨਿਸ਼ਾਨੇ ਤੇ ਆ ਗਏ ਨੇ ਦਰਸਲ ਰਾਹੁਲ ਗਾਂਧੀ ਦਾ ਇੱਕ ਪਾਰਟੀ ਇੰਜੋਏ ਕਰਦੇ ਦਾ ਵੀਡੀਓ ਸਾਹਮਣੇ ਆਇਆ ਜਿਸ ਨੂੰ ਲੈ ਕੇ ਭਾਜਪਾ ਲਗਾਤਾਰ ਉਹਨਾਂ ਨੂੰ கேਲ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਲਾਟ ਆਫ ਡਰਿੰਕਸ ਨੇਪਾਲ ਦਾ ਹੈ ਤੋਂ ਹੁਣ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਨੇਤਾ ਤੇ ਕੇਰਲ ਦੇ ਵਾਈਨ ਆਟ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਇਨਾਂ ਦਿਨੀ ਨੇਪਾਲ ਦੌਰੇ ਤੇ ਨੇ ਸੂਤਰਾ ਦੇਵੀ ਕਹਿਣਾ ਹੈ ਕਿ ਉਹ ਇੱਕ ਦੋਸ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਨੇਪਾਲ ਗਏ ਨੇ ਦਰਸਲ ਕਾਂਗਰਸ ਦੇ ਵੱਲੋਂ ਮੰ ਆਇਆ ਹੋਇਆ ਪਰ ਸਾਹਬ ਵਿਦੇਸ਼ ਦੇ ਵਿੱਚ ਨੇ ਅਜਿਹੇ ਦੇ ਵਿੱਚ ਹੁਣ ਰਾਹੁਲ ਗਾਂਧੀ ਦੇ ਪਾਰਟੀ ਇੰਜੋਏ ਕਰਦੇ ਦਾ ਵੀਡੀਓ ਸਾਹਮਣੇ ਆਉਣ ਦੇ ਨਾਲ ਭਾਜਪਾ ਦੇ ਯੁਵਾ ਨੇਤਾ ਤਜਿੰਦਰ ਪਾਲ ਦੇ ਵੱਲੋਂ ਇਸ ਤਸਵੀਰ ਨੂੰ ਰੀਟਵੀਟ ਕੀਤਾ ਗਿਆ ਜਿਸ ਦੇ ਵਿੱਚ ਸਵਾਲ ਚੁੱਕਿਆ ਗਿਆ ਕਿ ਕੀ ਰਾਹੁਲ ਗਾਂਧੀ ਨੇਪਾਲ ਦੇ ਵਿੱਚ ਚੀਨ ਦੇ ਰਾਜਦੂਤਾਂ ਹਾਂ ਆਕੀ ਦੇ ਨਾਲ ਪਾਰਟੀ ਕਰ ਰਹੇ ਨੇ ਉਤੇ ਕੇਂਦਰੀ ਮੰਤਰੀ ਕਿਰਨ ਡੀਜੀਜੂ ਨੇ ਵੀ ਰਾਹੁਲ ਗਾਂਧੀ ਦਾ ਵੀਡੀਓ ਸ਼ੇਅਰ ਕਰਦਿਆ ਹੋਇਆ ਤਾਂ ਜੱਸਿਆ ਕਿ ਵਕੇਸ਼ਨ ਪਾਰਟੀ ਹੌਲੀਡੇ ਪਲੇਜ਼ਰ ਟ੍ਰਿਪ ਪ੍ਰਾਈਵੇਟ ਫੋਰਨ ਵਿਜ਼ਿਟ ਆਦੀ ਦੇਸ਼ ਦੇ ਲਈ ਕੋਈ ਨਵੀਂ ਗੱਲ ਨਹੀਂ ਹੈ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਵੀ ਰਾਹੁਲ ਗਾਂਧੀ ਦੇ ਟਵੀਟ ਕਰਦਿਆ ਹੋ ਕਿ ਇਹ ਰਾਹੁਲ ਗਾਂਧੀ ਦੀ ਨਿੱਜੀ ਜ਼ਿੰਦਗੀ ਦਾ ਮਾਮਲਾ ਨਹੀਂ ਹੈ ਉਹਨਾਂ ਨੇ ਪੁੱਛਿਆ ਸਵਾਲ ਰਾਹੁਲ ਗਾਂਧੀ ਦਾ ਨਹੀਂ ਦੇਸ਼ ਦਾ ਹੈ ਉੱਥੇ ਹੀ ਨੇਪਾਲ ਦੇ ਇੱਕ ਅਖਬਾਰ ਦੇ ਮੁਤਾਬਕ ਕਾਂਗਰਸ ਦੇ ਆਪ ਦਾ ਪ੍ਰਧਾਨ ਰਾਹੁਲ ਗਾਂਧੀ ਨੇਪਾਲ ਦੇ ਵਿੱਚ ਆਪਣੇ ਦੋਸਤ ਸੁਮਨੀਵਾ ਉਦਾਸ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਲਈ ਕਾਠ ਮੰਡੂ ਦੇ ਵਿੱਚ ਨੇ ਉਧਰ ਗਲੋਬਲ ਵਾਰਮਿੰਗ ਅਤੇ ਜਲਵਾਯੂ ਤਬਦੀਲੀ ਦੇ ਕਾਰਨ ਅਗਲੇ 50 ਸਾਲਾਂ ਦੇ ਵਿੱਚ ਇਨਸਾਨਾਂ ਨੂੰ ਹਜ਼ਾਰਾਂ ਮਹਾਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲੇ ਦੇ ਵਿੱਚ ਇੱਕ ਖੋਜ ਦੇ ਵਿੱਚ ਇਸ ਗੱਲ ਦਾ ਦਾਵਾ ਕੀਤਾ ਗਿਆ ਕਿ ਲਗਭਗ 15000 ਵਾਇਰਸ ਜਾਨਵਰਾਂ ਤੋਂ ਇਨਸਾਨ ਤੱਕ ਪਹੁੰਚ ਸਕਦੇ ਨੇ ਇੱਕ ਖੋਜ ਅਮਰੀਕਾ ਦੀ ਜਾਰਜ ਜਟਾਊਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੀਤੀ ਵਿਗਿਆਨੀਆਂ ਦਾ ਵੀ ਮੰਨਣਾ ਹੈ ਕਿ ਜਾਨਵਰਾਂ ਤੋਂ ਇਨਸਾਨਾਂ ਦੇ ਵਿੱਚ ਬਿਮਾਰੀਆਂ ਫੈਲਣ ਦੇ ਮਾਮਲੇ ਸਾਹਮਣੇ ਆਉਣ ਲੱਗੇ ਨੇ ਕੋਵਿਡ-19 ਯਾਨੀ ਕਿ ਕਰੋਨਾ ਵਾਇਰਸ ਇਸ ਸਭ ਤੋਂ ਵੱਡੇ ਉਦਾਹਰਨ 2070 ਤੱਕ 15000 ਤੋਂ ਵੱਧ ਨਵੇਂ ਵਾਇਰਸ ਦੇ ਵਾਇਰਲ ਹੋ ਚੁੱਕੇ ਨੇ ਖਾਸ ਕਰਕੇ ਏਸ਼ੀਆ ਤੇ ਅਫਰੀਕਾ ਦੇ ਗਰਮ ਖੰਡੀ ਖੇਤਰਾਂ ਦੇ ਵਿੱਚ ਵਿਗਿਆਨੀਆਂ ਦਾ ਇਹ ਵੀ ਕਹਿਣਾ ਕਿ ਦੁਨੀਆ ਭਰ ਦੇ ਵਿੱਚ ਵੱਧਦੀ ਗਰਮੀ ਦੇ ਕਾਰਨ ਜੰਗਲਾਂ ਦੇ ਵਿੱਚ ਰਹਿਣ ਵਾਲੇ ਜਾਨਵਰਾਂ ਤੇ ਉਹਨਾਂ ਦੇ ਰਹਿਣ ਬਸੇਰਾਂ ਦੇ ਵਿੱਚ ਵੱਡਾ ਬਦਲਾਅ ਆਵੇਗਾ ਜੇਕਰ તાਪਮਾਨ 2 ਡਿਗਰੀ ਸੈਲਸੀਅਸ ਵੱਧ ਜਾਂਦਾ ਹੈ ਤਾਂ ਠੰਡ ਧਾਰੀ ਜੀਵ ਠੰਡੇ ਖੇਤਰ ਦੀ ਤਲਾਸ਼ ਦੇ ਵਿੱਚ ਦੂਜੇ ਖੇਤਰ ਦੇ ਵਿੱਚ ਚਲੇ ਜਾਣਗੇ ਜੇਕਰ ਅਜਿਹਾ ਹੁੰਦਾ ਹੈ ਤਾਂ ਬਿਮਾਰੀਆਂ ਤੇ ਵਾਇਰਸ ਦੋਵਾਂ ਦਾ ਖਤਰਾ ਵੱਧ ਜਾਵੇਗਾ ਵਿਗਿਆਨੀਆਂ ਦਾ ਇਹ ਵੀ ਕਹਿਣਾ ਕਿ ਅਫਰੀਕਾ ਤੇ ਏਸ਼ੀਆ ਇਸ ਵਾਇਰਸ ਲੋਕਾਂ ਦੇ ਵਿੱਚ ਵਾਤਾ ਹੋ ਸਕਦਾ ਜਿਸ ਦੇ ਵਿੱਚ ਵਾਇਰਸ ਇੱਕ ਨਵੀਂ ਮਹਾਮਾਰੀ ਲਿਆ ਸਕਦਾ ਜਿਵੇਂ ਕਿ ਕੋਵਿਡ-19 ਨੇ ਪੂਰੀ ਦੁਨੀਆ ਦੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ ਅਜਿਹਾ ਇਸ ਦੇ ਲਈ ਵੀ ਹੈ ਕਿਉਂਕਿ ਇਹ ਇਲਾਕਾ ਸੰਘਣੀ ਆਬਾਦੀ ਦੇ ਲਈ ਜਾਣੇ ਜਾਂਦੇ ਨੇ ਵਿਗਿਆਨੀਆਂ ਦੀ ਜਿਕਰ ਮੰਨੀ ਹੈ ਤਾਂ ਏਸ਼ੀਆ ਦੇ ਵਿੱਚ ਭਾਰਤ ਅਤੇ ਇੰਡੋਨੇਸ਼ੀਆ ਵਰਗੇ ਸੰਘਣੀ ਆਬਾਦੀ ਵਾਲੇ ਦੇਸ਼ਾਂ ਦੇ ਵਿੱਚ ਇਸ ਵਾਇਰਸ ਦੇ ਫੈਲਣ ਦਾ ਖਤਰਾ ਵਧੇ ਰਿਹਾ ਹੈ ਇਹ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਇਸ ਨੂੰ ਰੋਕਣ ਦੇ ਲਈ ਦੁਨੀਆ ਨੂੰ ਮਿਲ ਕੇ ਕਾਰਬਨ ਰਸਾਇਣ ਘਟ ਕਰਨਾ ਪਵੇਗਾ ਇਹ ਇਨਸਾਨਾਂ ਅਤੇ ਜਾਨਵਰਾਂ ਦੋਵਾਂ ਦੇ ਲਈ ਇੱਕ ਵੱਡਾ ਖਤਰਾ ਬਣ ਸਕਦਾ ਹੈ ਇਸ ਖੋਜ ਤੇ ਸਪੇਨ ਦੀ ਅਲਕਾਲਾ ਯੂਨੀਵਰਸਿਟੀ ਦੇ ਇਕੋ ਲੋਜਿਸਟ ਇਗਨਾਸੀਓ ਮੈਰਾਲੇਸ ਕੈਸਟੀਲਾ ਨੇ ਆਪਣੀ رائے ਦਿੱਤੀ ਹੈ ਉਹਨਾਂ ਦੇ ਵੀ ਕਹਿਣਾ ਹੈ ਕਿ ਜਿਸ ਮਾਡਲ ਦੇ ਆਧਾਰ ਦੇ ਉੱਤੇ ਖੋਜ ਕੀਤੀ ਗਈ ਹੈ ਉਸ ਦੇ ਵਿੱਚ ਕੋਈ ਗਲਤੀ ਨਹੀਂ ਹੈ ਜੇਕਰ ਅਜਿਹੇ ਹਾਲਾਤ ਬਣਦੇ ਨੇ ਤਾਂ ਵਾਇਰਸ ਦਾ ਦਾਨ ਪ੍ਰਦਾਨ ਹੋਵੇਗਾ ਉਧਰ ਦਿੱਲੀ ਐਨਸੀਆਰ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਦਿਨ ਦੇ ਵਿੱਚ ਪੈ ਰਹੀ ਖੜਾਕੇ ਦੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਰਾਤ ਨੂੰ ਗਰਮੀ ਦਾ প্রকੋਪ ਵਧ ਗਿਆ ਹੈ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੰਗਲਵਾਰ ਨੂੰ ਦਿੱਲੀ ਦਾ ਘੱਟੋ ਘੱਟ ਤਾਪਮਨ ਆਮ ਨਾਲੋਂ 28.5 ਡਿਗਰੀ ਸੈਲਸੀਅਸ ਵੱਧ ਅਤੇ ਵੱਧ ਤੋਂ ਵੱਧ ਤਾਪਮਨ ਆਮ ਨਾਲੋਂ 38.4 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਮੰਗਲਵਾਰ ਸਵੇਰ ਤੋਂ ਹੀ ਅਸਮਾਨ ਦੇ ਵਿੱਚ ਬੱਦਲ ਛਾਏ ਰਹੇ ਤੇ ਹਵਾਵਾਂ ਚਲਦੀਆਂ ਰਹੀਆਂ ਬੁੱਧਵਾਰ ਨੂੰ ਵਾਤਾਵਰਣ ਤਾਪਮਨ 38 ਤੇ ਘੱਟ ਤੋਂ ਘੱਟ ਤਾਪਮਨ 27 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵ ਦੇ ਨਾਲ ਹਲਕੀ بارش ਅਤੇ ਧੂੜ ਭਰੀ ਹਨੇਰੀ ਆਉਣ ਦੀ ਭਵਿੱਖਬਾਣੀ ਵੀ ਕੀਤੀ ਹੈ ਦਿੱਲੀ ਦੇ ਵਿੱਚ ਦੋ ਦਿਨਾਂ ਤੋਂ ਚੱਲ ਰਹੀਆਂ ਪੂਰਬੀ ਹਵਾਵਾਂ ਨੇ ਗਰਮੀ ਨੂੰ ਘਟਾ ਦਿੱਤਾ ਹੈ ਮੌਸਮੀ ਵਿਭਾਗ ਦੇ ਮੁਤਾਬਕ 7 ਮਈ ਤੱਕ ਮੌਸਮ ਅਜੀਹਾਹੀ ਰਹੇਗਾ ਅਜਿਹੇ ਦੇ ਵਿੱਚ ਗਰਮੀ ਦੇ ਪ੍ਰਕੋਪ ਤੋਂ ਰਾਹਤ ਮਿਲੇਗੀ ਇਸ ਦੌਰਾਨ ਅਸਮਾਨ ਦੇ ਵਿੱਚ ਬੱਦਲ ਛਾਏ ਰਹਿਣਗੇ ਤੇ بارش ਹੋ ਸਕਦੀ ਹੈ ਇਸ ਤੋਂ ਬਾਅਦ ਇੱਕ ਵਾਰ ਫਿਰ ਗਰਮੀ ਵਧੇਗੀ ਅਤੇ ਤਾਪਮਨ 43 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਉਧਰ ਸਾਫ ਦਾ ਮੁਖਮੰਦ ਚੰਜੀ ਸਿੰਘ ਚੰਨੀ ਦੇ ਪਾਂਜੇ ਭਪਿੰਦਰ ਸਿੰਘ ਹਣੀ ਦੀ ਨਿਆਇਕ ਹਰਾਸਤ ਬੁੱਧਵਾਰ ਨੂੰ ਖਤਮ ਹੋ ਚੁੱਕੀ ਹੈ ਪੁਲਿਸ ਦੇ ਵੱਲੋਂ ਉਸ ਨੂੰ ਅੱਜ ਮੋੜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਹਣੀ ਦੀ 2 April ਨੂੰ ਅਦਾਲਤ ਵਿੱਚ ਪੇਸ਼ੀ ਹੋਈ ਹੈ ਅਦਾਲਤ ਨੇ ਹਣੀ ਨੂੰ ਕੋਈ ਰਾਹਤ ਨਾ ਦਿੰਦਿਆਂ ਉਸ ਨੂੰ 4 ਮਈ ਤੱਕ 14 ਦਿਨਾਂ ਦੇ ਲਈ ਨਿਆਇਕ ਹਰਾਸਤ ਦੇ ਵਿੱਚ ਭੇਜ ਦਿੱਤਾ ਇਸ ਵਾਰ ਦੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਸ ਨੂੰ ਵਰਚੁਅਲ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਗੈਰ ਕਾਨੂੰਨੀ ਮਾਈਨਿੰਗ ਕਰਕੇ ਪੈਸੇ ਹੜਪੰਦੇ ਮਾਮਲੇ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸ਼ਿਕੰਜੇ ਦੇ ਵਿੱਚ ਫਸੇ ਹਨੀ ਦੀ ਜ਼ਮਾਨਤ ਪਟੀਸ਼ਨ ਤੇ ਵੀ ਅੱਜ ਮੋੜ ਸੁਣਵਾਈ ਹੋਵੇਗੀ। ਜ਼ਮਾਨਤ ਪਟੀਸ਼ਨ ਤੇ ਪਿਛਲੀ ਸੁਣਵਾਈ 2 ਮਹੀਨوں ਹੋਈ ਸੀ ਪਰ ਕੋਈ ਫੈਸਲਾ ਨਹੀਂ ਹੋਇਆ ਸੀ। ਹਨੀ ਦੀ ਜ਼ਮਾਨਤ ਪਟੀਸ਼ਨ ਉਸਦੇ ਵਕੀਲਾ ਨੇ 20 ਅਪ੍ਰੈਲ ਨੂੰ ਦਾਇਰ ਕੀਤੀ ਸੀ। ਇਸ ਤੇ ਅਦਾਲਤ ਨੇ ਸੁਣਵਾਈ ਦੇ ਲਈ 27 ਅਪ੍ਰੈਲ ਦੀ ਤਾਰੀਖ ਤੈਅ ਕੀਤੀ ਹੈ। 27 ਅਪ੍ਰੈਲ ਨੂੰ ਬਚਾਅ ਪੱਖ ਅਤੇ ED ਦੇ ਵਕੀਲ ਦੀ ਅਦਾਲਤ ਦੇ ਵਿੱਚ ਜ਼ਮਾਨਤ ਸੰਬੰਧੀ ਬਹਿਸ ਵੀ ਪੂਰੀ ਹੋ ਚੁੱਕੀ ਹੈ ਪਰ ਅਦਾਲਤ ਨੇ ਕੋਈ ਫੈਸਲਾ ਦੇਣ ਦੀ ਬਜਾਏ ਸੁਣਵਾਈ ਦੇ ਲਈ 3 ਅਪ੍ਰੈਲ ਦੀ ਤਾਰੀਖ ਪਾ ਦਿੱਤੀ ਹੈ। ਤੇ ਅਪ੍ਰੈਲ ਨੂੰ ਵੀ ਦੋਵੇਂ ਵਕੀਲ ਅਦਾਲਤ ਵਿੱਚ ਪੇਸ਼ ਹੋਏ ਫਿਰ ਵੀ ਕੋਈ ਫੈਸਲਾ ਨਹੀਂ ਆਇਆ ਅਤੇ 2 ਮਈ ਦੀ ਤਾਰੀਖ ਮਿਲੀ ਪਰ ਪਿਛਲੀ ਤਾਰੀਖ ਦੀ ਅਦਾਲਤ ਨੇ ਕੋਈ ਸੁਣਵਾਈ ਨਾ ਕਰਦਿਆ ਹੋਇਆ 4 ਮਈ ਦੀ ਤਾਰੀਖ ਦੇ ਦਿੱਤੀ ਸੀ ਉਧਰ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਕਾਂਗਰਸ ਲੀਡਰਸ਼ਿਪ ਦੀਆਂ ਚਿੰਤਾਵਾਂ ਦੇ ਵਿੱਚ ਵਾਤਾਵਰਣ ਕਰਨ ਵਾਲੇ ਨੇ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਪਾਰਟੀ ਦੇ ਨੇਤਾਵਾਂ ਦੇ ਵਿੱਚਕਾਰ ਕਮਾਸਾਨ ਮੱਚਿਆ ਹੋਇਆ ਹੈ ਸੁਨੀਲ ਜਾਖੜ ਹੁਣ 13 ਤੋਂ 15 ਮਈ ਦੇ ਦਰਮਿਆਨ ਉਦੇਪੁਰ ਦੇ ਵਿੱਚ ਹੋਣ ਵਾਲੇ ਕਾਂਗਰਸ ਦੇ ਚਿੰਤਨ ਕੈਂਪ ਦੇ ਦੌਰਾਨ ਪਾਰਟੀ ਦੇ ਚਿੰਤਾਵਾਂ ਨੂੰ ਹੋਰ ਵਧਾ ਸਕਦੇ ਨੇ ਜਾਖੜ ਨੂੰ ਪਿਛਲੇ ਸਮੇਂ ਦੇ ਵਿੱਚ ਕਾਰਨ ਦਸੋ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਪਾਰਟੀ ਲੀਡਰਸ਼ਿਪ ਨੇ ਸਾਰੇ ਅਹੁਦਿਆਂ ਤੋਂ ਮਤਲਕਾਰ ਦਿੱਤਾ ਉਦੇਪੁਰ ਦੇ ਵਿੱਚ ਹੋਣ ਵਾਲੇ ਚਿੰਤਨ ਕੈਂਪਾਂ ਦੇ ਵਿੱਚ ਜਾਖੜ ਨੂੰ ਸ ਉਹਨਾਂ ਨੇ ਨਜ਼ਦੀਕ ਉਹਨਾਂ ਦੇ ਨਜ਼ਦੀਕੀਆਂ ਦਾ ਮੰਨਣਾ ਹੈ ਕਿ 13 ਤੋਂ 15 ਮਈ ਦੇ ਦਰਮਿਆਨ ਉਹ ਪਾਰਟੀ ਦੇ ਉਹਨਾਂ ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਅਤੇ ਉਹਨਾਂ ਨੂੰ ਅਹਿਮ ਹੁੱਦਿਆਂ ਤੋਂ ਹਟਾਉਣ ਦੇ ਮੁੱਦਿਆਂ ਤੇ ਵੱਟਾ ਹਮਲਾ ਬੋਲ ਸਕਦੇ ਨੇ ਜਾਖੜ ਚੰਡੀਗੜ ਜਾਂ ਫਿਰ ਦਿੱਲੀ ਜਾਂ ਫਿਰ ਉਦੇਪੁਰ ਵੀ ਜਾ ਸਕਦੇ ਨੇ ਜਿੱਥੇ ਉਹ ਆਪਣੀ ਗੱਲ ਮੀਡੀਆ ਸਾਹਮਣੇ ਰੱਖਣਗੇ ਜਾਖੜ ਦਾ ਮੰਨਣਾ ਹੈ ਕਿ ਜਦੋਂ ਉਹਨਾਂ ਦੀ ਕੋਈ ਗਲਤੀ ਕੀਤੀ ਹੀ ਨਹੀਂ ਸੀ ਤਾਂ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਕਿਉਂ ਜਾਰੀ ਕੀਤਾ ਗਿਆ ਇਸ ਦੌਰਾਨ ਉਹਨਾਂ ਦਾ ਜਵਾਬ ਵੀ ਨਹੀਂ ਦਿੱਤਾ ਗਿਆ ਜਾਖੜ ਨੇ ਇਸ ਤੋਂ ਬਾਅਦ ਸਪਸ਼ਟ ਕਰ ਦਿੱਤਾ ਹੈ ਕਿ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਨਹੀਂ ਕਰਨਗੇ ਉਹ ਆਪਣੀ ਗੱਲ ਮੀਡੀਆ ਰਾਹੀਂ ਕਾਂਗਰਸ ਹਾਈ ਕਮਾਂਡ ਦੇ ਸਾਹਮਣੇ ਰੱਖਣਗੇ ਇਸ ਤਰ੍ਹਾਂ ਉਹ ਕਾਂਗਰਸ ਨੂੰ ਛੱਡਣ ਦਾ ਫੈਸਲਾ ਵੀ ਲੈ ਚੁੱਕੇ ਨੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੀਐਲਸੀ ਯਾਨੀ ਕਿ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਚਾਰ ਨਗਰ ਨਿਗਮ ਲੁਧਿਆਣਾ ਪਟਿਆਲਾ ਅੰਮ੍ਰਿਤਸਰ ਤੇ ਜਲੰਧਰ ਦੇ ਲਈ ਹੋਣ ਵਾਲੀਆਂ ਚੋਣਾਂ ਸਾਂਝੇ ਤੌਰ ਤੇ ਲੜਨਗੀਆਂ ਕੈਪਟਨ ਨੇ ਕਿਹਾ ਕਿ ਸਾਲ 2024 ਦੀਆਂ ਆਮ ਚੋਣਾਂ ਦੇਸ਼ ਦੇ ਲਈ ਅਹਿਮ ਨੇ ਉਹਨਾਂ ਨੇ ਵੀ ਕਿਹਾ ਕਿ ਦੇਸ਼ ਦੇ ਵਿੱਚ ਸਥਿਰ ਤੇ ਮਜ਼ਬੂਤ ਸਰਕਾਰ ਦੀ ਲੋੜ ਹੈ ਕੈਪਟਨ ਅਮਰਿੰਦਰ ਸਿੰਘ ਪਿਛਲੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਪੀਐਲਸੀ ਉਮੀਦਵਾਰਾਂ ਦੀ ਮੀਟਿੰਗ ਨੂੰ ਸੰਬੋਧਨ ਵੀ ਕਰਿਆ ਨੇ ਉਹਨਾਂ ਨੇ ਕਿਹਾ ਕਿ ਵਿਸ਼ਵ ਦੇ ਵਿੱਚ ਮੌਜੂਦਾ ਭੂ ਰਾਜਨੀਤਿਕ ਪਾਕ ਅਤੇ ਮਜ਼ਬੂਤ ਲੀਡਰਸ਼ਿਪ ਦੀ ਲੋੜ ਸੀ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਦਾਨ ਕਰ ਰਹੇ ਸਨ ਮੀਟਿੰਗ ਦੇ ਵਿੱਚ ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਵੀ ਸ਼ਿਰਕਤ ਕੀਤੀ ਮੀਟਿੰਗ ਦੇ ਵਿੱਚ ਸੂਬੇ ਦੀ ਮੌਜੂਦਾ ਸਥਿਤੀ ਦੀਆਂ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟੀ ਉਮੀਦਵਾਰਾਂ ਦੀ ਕਾਰਗੁਜ਼ਾਰੀ ਦਾ ਵੀ ਜਾਇਜ਼ਾ ਲਿਆ ਗਿਆ ਇਸ ਤੋਂ ਪਹਿਲਾਂ ਇੱਕ ਖਬਰ ਆਈ ਸੀ ਕਿ ਭਾਜਪਾ ਹੁਣ ਕੈਪਟਨ ਨਰਿੰਦਰ ਸਿੰਘ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਨਹੀਂ ਲੜੇਗੀ ਇਹ ਵੀ ਬਿਆਨ ਆਇਆ ਹੈ ਕਿ ਸੰਗਰੂਰ ਲੋਕ ਸਭਾ ਸੀਟ ਤੇ ਉਪ ਚੋਣਾਂ ਤੇ ਚਾਰ ਨਿਗਮਾਂ ਦੀਆਂ ਚੋਣ ਭਾਜਪਾ ਇਕੱਲੇ ਲੜ ਰਹੀ ਉਧਰ ਪੰਜਾਬ ਦੇ ਵਿੱਚ ਬਿਜਲੀ ਦੀ ਵੱਧਦੀ ਮੰਗ ਦੇ ਵਿਚਾਰੇ ਥਰਮਲ ਪਲਾਂਟਾਂ ਦੇ ਬੰਦ ਤੇ ਚੱਲ ਹੋਣ ਦਾ ਸਿਲਸਲਾ جاری ਹੈ ਮੰਗਲਵਾਰ ਨੂੰ ਰੋਪੜ ਥਰਮਲ ਪਲਾਂਟਾ ਦਾ 210 ਮੈਗਾਵਾਟ ਦਾ ਇੱਕ ਯੂਨਿਟ ਬੰਦ ਹੋ ਗਿਆ ਇਸ ਤੋਂ ਇਲਾਵਾ ਤਲਵੰਡੀ ਸਾਬੋ ਦੇ 660 ਮੈਗਾਵਾਟ ਤੇ ਗੋਇੰਦਵਾਲ ਦੇ 270 ਮੈਗਾਵਾਟ ਦੇ ਦੋ ਯੂਨਿਟ ਪਹਿਲਾਂ ਹੀ ਨਹੀਂ ਚੱਲ ਰਹੀ ਇਸ ਤਰ੍ਹਾਂ ਕੁੱਲ 1140 ਮੈਗਾਵਾਟ ਬਿਜਲੀ ਸਪਲਾਈ ਬੰਦ ਹੋਣ ਕਰਕੇ ਪਾਵਰ ਕਾਮ ਨੂੰ ਮੰਗਲਵਾਰ ਨੂੰ ਵੀ ਮੰਗ ਪੂਰੀ ਕਰਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੰਗਲਵਾਰ ਨੂੰ ਪਿੰਡਾਂ ਦੇ ਵਿੱਚ 4 ਘੰਟੇ ਤੇ ਕੰਢੀ ਖੇਤਰਾਂ ਦੇ ਵਿੱਚ 5 ਘੰਟੇ ਦੇ ਘਟ ਲੱਗੇ ਰੋਪ ਵੱਤਵਤ 20 ਦਿਨਾਂ ਤੇ ਗੋਇੰਦਵਾਲ ਦੇ ਵਿੱਚ ਸਿਰਫ 2 ਦਿਨ ਦਾ ਕੋਲਾ ਬਚਿਆ। ਇਸ ਤੋਂ ਸਾਫ ਹੈ ਕਿ ਆਉਣ ਵਾਲੇ ਚੋਨੇ ਦੀ ਸੀਜ਼ਨ ਦੇ ਵਿੱਚ ਪੰਜਾਬ ਦੇ ਵਿੱਚ ਕੋਲੇ ਦੀ ਕਮੀ ਕਰਕੇ ਬਿਜਲੀ ਦਾ ਸੰਕਟ ਵੱਡਾ ਪੈਦਾ ਹੋ ਸਕਦਾ ਹੈ। ਹਾਲਾਂਕਿ ਪੰਜਾਬ ਸਰਕਾਰ ਲਗਾਤਾਰ ਦਾਵਾ ਕਰ ਰਹੀ ਹੈ ਕਿ ਕੋਲੇ ਦੀ ਸਪਲਾਈ ਨੂੰ ਸੋਚਾਰੂ ਬਣਾਉਣ ਦੇ ਲਈ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਚੱਲ ਰਹੀ ਹੈ। ਉਮੀਦ ਹੈ ਕਿ ਸਥਿਤੀ ਜਲਦੀ ਹੀ ਸੁਧਰ ਜਾਵੇਗੀ। ਫਿਲਹਾਲ ਇਹ ਦਾਅਵੇ ਸੱਚ ਹੁੰਦੇ ਨਜ਼ਰ ਨਹੀਂ ਆ ਰਹੇ। ਪੰਜਾਬ ਦੇ ਵਿੱਚ ਮੰਗਲਵਾਰ ਨੂੰ 1-2 ਥਾਵਾਂ ਤੇ ਮੀਂਹ ਨਾਲ ਗੜੇ ਮਾਰੀ ਹੋਈ ਇਸ ਦੇ ਬਾਵਜੂਦ ਬਿਜਲੀ ਦੀ ਵੱਧ ਤੋਂ ਵੱਧ ਮੰਗ 10000 ਮੈਗਾਵਾਟ ਦਰਜ ਕੀਤੀ ਗਈ ਇਸ ਦੇ ਮੁਕਾਬਲੇ ਪਾਵਰ ਕਾਮ ਨੂੰ ਰੋਪੜ ਅਤੇ ਲਹਿਰਾ ਮੁਹੱਬਤ ਦੇ ਸੱਤ ਯੂਨਿਟਾਂ ਤੋਂ 1350 ਮੈਗਾਵਾਟ ਤਲਵੰਡੀ ਸਾਬੋ ਰਾਜਪੁਰਾ ਤੇ ਗੋਇੰਦਵਾਲ ਦੇ ਪੰਜ ਯੂਨਿਟਾਂ ਤੋਂ 2742 ਮੈਗਾਵਾਟ ਤੇ ਹਾਈਡਰੋ ਪ੍ਰੋਜੈਕਟਾਂ ਤੋਂ 316 ਮੈਗਾਵਾਟ ਤੇ ਹੋਰ ਸਰੋਤਾਂ ਤੋਂ ਕੁੱਲ 4550 ਮੈਗਾਵਾਟ ਬਿਜਲੀ ਮਿਲੀ ਉਧਰ ਰੇਲਵੇ ਬੋਰਡ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ 4 ਸਾਲ ਪਹਿਲਾਂ ਚੰਡੀਗੜ੍ਹ ਦਿੱਲੀ ਵਿਚਕਾਰ ਤੇਜਸ ਟ੍ਰੇਨ ਚਲਾਉਣ ਦਾ ਐਲਾਨ ਕੀਤਾ ਸੀ ਪਰ ਇਹ ਐਲਾਨ ਸਿਰਫ ਕਾਗਜ਼ਾਂ ਦੇ ਵਿੱਚ ਹੀ ਰਹਿ ਗਿਆ ਅਤੇ ਚੰਡੀਗੜ੍ਹ ਵਾਸੀਆਂ ਨੂੰ ਅਜੇ ਤੇਜਸ ਟ੍ਰੇਨ ਦਾ ਇੰਤਜ਼ਾਰ ਕਰਨਾ ਪਵੇਗਾ। ਰੇਲਵੇ ਬੋਰਡ ਨੇ 2017-18 ਦੇ ਵਿੱਚ ਰੇਲ ਬਜਟ ਦੇ ਦੌਰਾਨ ਚੰਡੀਗੜ੍ਹ ਦਿੱਲੀ ਵਿਚਕਾਰ ਫਾਸਟ ਟ੍ਰੇਨ ਚਲਾਉਣ ਦਾ ਐਲਾਨ ਕੀਤਾ ਸੀ ਪਰ ਇਸ ਤੋਂ ਬਾਅਦ ਅਜੇ ਤੱਕ ਇਸ ਟ੍ਰੇਨ ਟਰੈਕ ਤੇ ਦੌੜ ਨਹੀਂ ਸਕੀ ਹਾਲਾਂਕਿ ਰੇਲਵੇ ਬੋਰਡ ਦੇ ਵੱਲੋਂ ਟਾਈਮ ਟੇਬਲ ਅਤੇ ਗੱਡੀ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਸੀ। 2019 ਦੇ ਵਿੱਚ ਰੇਲਵੇ ਦੇ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਇਸ ਲਈ ਚੰਡੀਗੜ੍ਹ ਦਿੱਲੀ ਵਿਚਕਾਰ ਸਫ਼ਰ ਕਰਨ ਵਾਲੇ ਮੁਸਾਫਰਾਂ ਤੇਜਸ ਟ੍ਰੇਨ ਦਾ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ ਰੇਲਵੇ ਬੋਰਡ ਤੇਜਸ ਟ੍ਰੇਨ ਦਾ ਟਾਈਮ ਟੇਬਲ ਹਰ ਸਾਲ ਦੇ ਸਕੈਡਿਊਲ ਦੇ ਵਿੱਚ ਸ਼ਾਮਲ ਕਰਦਾ ਹੈ ਕੋਵਿਡ ਦੇ ਮਾਮਲੇ ਵਧ ਰਹੇ ਨੇ ਤਾਂ ਉਸ ਸਮੇਂ ਵੀ ਰੇਲਵੇ ਬੋਰਡ ਨੇ ਗੱਡੀ ਨੰਬਰ 0164546 ਦਾ ਸਕੈਡਿਊਲ ਜਾਰੀ ਕੀਤਾ ਸੀ ਅਜੇ ਵੀ ਰੇਲਵੇ ਬੋਰਡ ਨੇ ਸਮਰਸ਼ ਸਕੈਡਿਊਲ ਦੇ ਵਿੱਚ ਗੱਡੀ ਨੰਬਰ 2242526 ਤੈਅ ਕੀਤਾ ਹੈ ਇਹ ਟ੍ਰੇਨ ਦਿੱਲੀ ਤੋਂ ਚੰਡੀਗੜ੍ਹ 12:45 ਮਿੰਟ ਤੇ ਪਹੁੰਚਣੀ ਸੀ ਜਦ ਕਿ ਦੁਪਹਿਰ ਚੰਡੀਗੜ੍ਹ ਤੋਂ ਦੁਪਹਿਰ 2:30 ਵਜੇ ਚੱਲਣੀ ਸੀ ਇਸ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਨਹੀਂ ਆਪਣੇ ਦੋਸ਼ੀ ਤਲ ਨੂੰ ਦਿਓ ਇਜਾਜ਼ਤ ਹੈ ਤੁਸੀਂ ਜੁੜੇ ਰਹੋ ਐਚਐਸਐਨ ਨਿਊਜ਼ ਦੇ ਨਾਲ